ਜਦੋਂ ਅਸੀਂ ਧੱਕੇ ਨਾਲ USA 'ਚ ਵੜ ਚੱਲੇ ਸੀ ਅਤੇ ਉਹਨਾਂ ਨੇ ਸਾਡੇ ਨਾਲ ਕੀ ਕੀਤੀ, ਕਿਉਂਕਿ ਕਈ ਦੋਸਤ ਆ ਜਿਹੜੇ ਉਹ ਫਸ ਜਾਂਦੇ ਆ। ਹਾਂਜੀ ਦੋਸਤੋ, ਮੈਂ ਇਸ ਵੇਲੇ ਹੈਗਾ ਕੈਨੇਡਾ US ਬਾਰਡਰ ਦੇ ਉੱਤੇ, ਅਤੇ ਅੱਜ ਤੁਹਾਨੂੰ ਇੱਕ ਬਹੁਤ ਖਾਸ ਜਾਣਕਾਰੀ ਦੇਣ ਲੱਗੇ ਹਾਂ, ਕਿਉਂਕਿ ਕਈ ਦੋਸਤ ਆ ਜਿਹੜੇ ਉਹ ਫਸ ਜਾਂਦੇ ਆ, ਅਤੇ ਅਸੀਂ ਅੱਜ ਫਸ ਗਏ ਸੀ ਕਿਉਂਕਿ USA ਦੇ ਬਾਰਡਰ ਤੋਂ ਅਸੀਂ ਅੱਗੇ ਲੰਘ ਚੱਲੇ ਸੀ ਅਤੇ ਬੜਾ ਖਤਰਨਾਕ ਕੰਮ ਹੋ ਚੱਲਿਆ ਸੀ। ਅਤੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਅਸੀਂ ਕੀ ਕੀਤਾ, ਕਿਸ ਤਰ੍ਹਾਂ ਅਸੀਂ ਗਲਤੀ ਨਾਲ USA ਦਾ ਬਾਰਡਰ ਜਿਹੜਾ ਉਹ ਟੱਪ ਚੱਲੇ ਸੀਗੇ, ਗਲਤੀ ਨਾਲ ਕੀ ਧੱਕੇ ਨਾਲ ਹੀ ਟੱਪ ਚੱਲੇ ਸੀਗੇ, ਅਤੇ ਉਹਨਾਂ ਨੇ ਸਾਡੇ ਨਾਲ ਕੀ ਕੀਤੀ ਤੁਹਾਨੂੰ ਦੱਸਦੇ ਹਾਂ, ਤਾਂ ਕਿ ਤੁਸੀਂ ਇਹ ਗਲਤੀ ਨਾ ਕਰੋ। ਇਸ ਸਾਈਡ ਤੋਂ ਅਸੀਂ ਆਏ ਸੀ ਸਰੀ ਵੱਲੋਂ, ਕੈਨੇਡਾ ਦੇ ਵਿੱਚ ਸਰੀ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਹੀ ਹੈ, ਸਰੀ ਬਹੁਤ ਵੱਡਾ ਸ਼ਹਿਰ ਹੈ। ਅਸੀਂ ਇੱਧਰੋਂ ਆਏ ਸੀ ਅਤੇ ਅਸੀਂ ਉੱਥੋਂ ਜਦੋਂ ਐਂਟਰ ਕਰਨ ਲੱਗੇ ਇਸ ਕਾਲੀ ਕਾਰ ਤੋਂ ਅੱਗੇ, ਅਤੇ ਸਾਨੂੰ ਉਹ ਬੋਰਡ ਨਹੀਂ ਦੱਸਿਆ ਜਿੱਥੇ ਉਹਨਾਂ ਨੇ ਨੋ ਐਂਟਰੀ ਲਿਖਿਆ ਹੋਇਆ ਸੀ, ਅਸੀਂ ਨੋ ਐਂਟਰੀ ਦੇ ਵਿੱਚ ਵੜ ਗਏ ਅਤੇ ਅੱਗੇ ਇਹ ਰੋਡ ਆ ਜਿਹੜਾ ਉਹ ਕਲੋਜ਼ ਸੀਗਾ, ਸਟੋਪ ਲਿਖਿਆ ਹੋਇਆ। ਇੱਥੋਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਅਤੇ ਅਸੀਂ ਇੱਕ ਆਹ ਸੜਕ ਆਹ ਜਿਹੜਾ ਹੈਗਾ ਬੋਰਡ ਵਾਰਨਿੰਗ ਦਿੱਤੀ ਹੋਈ ਸੀ ਇਹਨਾਂ ਨੇ ਵੀ, ਭਾਈ ਇਹ ਡਿਊਟੀ ਫਰੀ ਸ਼ੋਪ ਹੈਗਾ ਪਰ ਇੱਥੇ ਜਾ ਉਹੀ ਬੰਦੇ ਸਕਦੇ ਆ ਜਿਨ੍ਹਾਂ ਨੇ ਅੱਗੇ ਜਾ ਕੇ USA ਜਾਣਾ। ਅਸੀਂ ਇਹ ਬੋਰਡ ਵੀ ਨਹੀਂ ਦੇਖਿਆ ਅਤੇ ਅਸੀਂ ਆਹ ਡਿਊਟੀ ਫਰੀ ਸ਼ੋਪ ਦੇ ਚਾਹ ਦੇ ਵਿੱਚ ਇਸ ਗੇਟ ਦੇ ਵਿੱਚੋਂ ਇੰਟਰ ਹੋ ਗਏ। ਅਤੇ ਆਹ ਦੇਖੋ ਤੁਸੀਂ, ਇਹ ਗੇਟ ਹੈ ਜਿਹੜਾ ਇੱਥੇ, ਆਹ ਕਿੱਲਾਂ ਵਾਲੇ ਜਿਹੜੇ ਹੈਗੇ ਆ ਉਹ ਗੇਟ ਹੈ, ਕਿੱਲਾਂ ਲੱਗੀਆਂ ਹੋਈਆਂ। ਇੱਥੋਂ ਗੱਡੀ ਹੈ ਜਿਹੜੀ ਉਹ ਪਰੇ ਨੂੰ ਲੰਘ ਸਕਦੀ ਅੰਦਰ ਨੂੰ ਅਤੇ ਅੰਦਰੋਂ ਬਾਹਰ ਨਹੀਂ ਆ ਸਕਦੀ। ਫਿਰ ਕੈਮਰੇ ਕੁਮਰੇ ਵੀ ਬੜੇ ਲੱਗੇ ਹੋਏ ਆ, ਤੁਸੀਂ ਗਲਤੀ ਨਹੀਂ ਕਰ ਸਕਦੇ। ਆਹ ਦੇਖੋ ਆਹ ਜਿਹੜਾ ਇਹ ਬੜੇ ਵੱਡੇ ਕਿੱਲ ਹੈ ਅਤੇ ਅੰਦਰੋਂ ਬਾਹਰ ਨਹੀਂ ਆ ਸਕਦੇ। ਅਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਇਆ ਕੀ, ਮੇਰੇ ਦੋਸਤ ਇੱਧਰ ਰੋਜਰ ਜੀ ਹੈਗੇ ਆ, ਹਾਂਜੀ ਦੱਸਿਓ ਜਰਾ ਕੀ ਹੋਇਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ। ਅਤੇ ਜਿੱਦਾਂ ਮੈਂ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਹਾਂ ਅਤੇ ਅਸੀਂ ਆਏ ਸੀ ਪੀਸ ਆਰਟ 'ਚ ਘੁੰਮਣ, ਹੈ ਨਾ, ਅਤੇ ਬਾਏ ਮਿਸਟੇਕ ਅਸੀਂ ਐਂਟਰ ਹੋ ਗਏ, ਤੁਹਾਨੂੰ ਅੰਕਲ ਨੇ ਦੱਸਿਆ ਹੀ ਹੋਣਾ। ਅਤੇ ਉਸ ਤੋਂ ਬਾਅਦ ਕੀ ਹੋਇਆ, ਅਸੀਂ ਬਹੁਤ ਚਿੰਤਾ ਦੇ ਵਿੱਚ ਸੀ ਕਿਉਂਕਿ ਦੇਖੋ ਨਾ ਤਾਂ ਕੋਈ ਪੇਪਰ ਵਰਕ ਹੈ ਕੋਲ, ਨਾ ਹੀ ਕੁਛ ਹੈਗਾ, ਸਾਰੇ ਕਿਸੇ ਨੂੰ ਕੁਛ ਨਹੀਂ ਪਤਾ ਵੀ ਕੀ ਹੁੰਦਾ ਉਰੇ। ਤਾਂ ਅਸੀਂ ਮੈਂ ਅੰਦਰ ਜਾ ਕੇ ਪੁੱਛਿਆ ਉਹਨਾਂ ਤੋਂ ਵੀ ਵਟ ਆਈ ਕੈਨ ਡੂ, ਮੈਂ ਕੀ ਕਰ ਸਕਦਾ ਹਾਂ। ਤਾਂ ਉਹ ਕਹਿੰਦੇ ਤੁਹਾਨੂੰ ਬਾਰਡਰ ਤੋਂ ਜਾ ਕੇ ਯੂ ਟਰਨ ਲੈਣਾ ਪਊ। ਦੇਖੋ ਯੂ ਟਰਨ ਕਹਿਣਾ ਬਹੁਤ ਸੌਖਾ ਹੈ, ਬਟ ਇਹ ਨਹੀਂ ਪਤਾ ਬਾਰਡਰ ਦੇ ਉੱਤੇ ਯੂ ਟਰਨ ਕਿਵੇਂ ਲੈਣਾ, ਕੀ ਕਰਨਾ, ਕਿਉਂਕਿ ਇਸ ਡਿਊਟੀ ਫਰੀ ਸ਼ੋਪ ਹੈ ਜਿਹੜੀ, ਇਹਦੇ ਵਿੱਚੋਂ ਸਮਾਨ ਖਰੀਦ ਕੇ ਅਸੀਂ ਜਾਂ ਤਾਂ ਪਿੱਛੇ ਆ ਸਕਦੇ ਹਾਂ ਅਤੇ ਜਾਂ ਅੱਗੇ ਜਾ ਸਕਦੇ। ਪਿੱਛੇ ਇੱਧਰਲੇ ਪਾਸੇ ਲੰਘ ਨਹੀਂ ਸਕਦੇ ਅਸੀਂ, ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਕੈਨੇਡਾ 'ਚ ਐਂਟਰੀ ਹੈ ਇਹ, ਅਤੇ ਅੱਗੇ ਲੰਘ ਸਕਦੇ ਹਾਂ ਅਸੀਂ, ਸਿਰਫ USA ਨੂੰ ਲੰਘ ਸਕਦੇ ਹਾਂ ਅਤੇ ਵਾਪਸ ਕੈਨੇਡਾ ਨਹੀਂ ਆ ਸਕਦੇ। ਲਓ ਜੀ ਫਿਰ ਅਸੀਂ, ਮੈਂ ਉਹਨਾਂ ਨੂੰ ਪੁੱਛਿਆ ਕੀ ਕਰ ਸਕਦੇ, ਯੂ ਟਰਨ ਲਓ ਬਾਰਡਰ ਥਰੂ ਜਾ ਕੇ। ਚਲੋ ਕਦੇ ਐਕਸਪੀਰੀਅੰਸ ਨਹੀਂ ਹੋਇਆ ਸੀ, ਡਰ ਵੀ ਸੀਗਾ ਪਰ ਚੱਲ ਗਏ, ਮੈਂ ਗੱਡੀ ਲਾ ਲਈ ਅਤੇ ਉਹ ਤੋਂ ਬਾਅਦ ਮੈਂ US ਬਾਰਡਰ ਦੇ ਉੱਤੇ ਪਹੁੰਚਿਆ। ਆਈ ਐਮ ਸੋ ਵਰੀਡ, ਮੈਨੂੰ ਬਹੁਤ ਚਿੰਤਾ ਸੀਗੀ ਵੀ ਮੈਂ ਕੀ ਕਰ ਸਕਦਾ ਕੀ ਨਹੀਂ। ਮੈਂ ਉਹਨੂੰ ਐਕਸਪਲੇਨ ਕੀਤਾ ਵੀ ਬਾਏ ਮਿਸਟੇਕ, ਚੰਗੇ ਸੀ ਬੰਦੇ ਬਹੁਤ ਚੰਗੇ ਸੀ, ਨਾਈਸ ਹੈ ਜੀ। ਦੇਖੋ ਘਬਰਾਉਣ ਦੀ ਲੋੜ, ਬਿਲਕੁਲ ਬਾਰਡਰ ਦੇ ਉੱਤੇ ਤੁਸੀਂ ਲੀਗਲ ਹੋ ਇਸ ਕੰਟਰੀ ਦੇ ਉੱਤੇ, ਤੁਹਾਡੇ ਕੋਲ ਲੀਗਲ ਪਰਮਿਟ ਹੈ, ਤੁਹਾਡੇ ਕੋਲ ਪੀਸ ਆਫ ID ਹੈਗੀ ਆ, ਕੁਛ ਵੀ ਹੈਗਾ ਤੁਹਾਡੇ ਕੋਲ, ਦੈਨ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਤੁਸੀਂ ਪੀਸ ID ਦੇ ਦਿਓ ਆਪਣੀ। ਉਹ ਤੁਹਾਨੂੰ ਇੱਕ ਪੇਪਰ ਲਿਖ ਕੇ ਦੇ ਦਿੰਦੇ ਵੀ ਬਾਏ ਮਿਸਟੇਕ ਪਰਸਨ ਨੇ ਪਾਰਕ ਕਰਤੀ USA ਵਿੱਚ ਗੱਡੀ, ਕਿਉਂਕਿ ਇੱਥੇ US ਅਤੇ ਕੈਨੇਡਾ ਦਾ ਫਰਕ ਕਰਨਾ ਬਹੁਤ ਹੀ ਮੁਸ਼ਕਿਲ ਹੈ। ਤਾਂ ਉਹ ਤੋਂ ਬਾਅਦ ਤੁਹਾਨੂੰ ਵਾਪਸ ਲੈ ਕੇ ਆਉਣਗੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਤੁਸੀਂ ਆਓਗੇ ਉਹੀ ਪੇਪਰ ਵਰਕ ਵਾਈਟ ਕਲਰ ਦਾ, ਅਤੇ ਪੀਸ ਆਫ ID ਤੁਸੀਂ ਦੇ ਦੇਣੀ ਹੈ। ਤਾਂ ਉਹਨਾਂ ਨੇ ਤੁਹਾਨੂੰ ਕਹਿ ਦੇਣਾ ਤੁਸੀਂ ਜਾਓ ਆਪਣਾ, ਤੁਸੀਂ ਕੈਨੇਡਾ ਵਿੱਚ ਐਂਟਰ ਹੋ ਸਕਦੇ ਹੋ, ਕੋਈ ਵਰੀ ਵਾਲੀ ਗੱਲ ਨਹੀਂ ਹੈਗੀ। ਸੋ ਇਹ ਇੱਕ ਐਕਸਪੀਰੀਅੰਸ ਵੀ ਰਿਹਾ ਅਤੇ ਬਾਕੀ ਟਾਈਮ ਕਿੰਨਾ ਲੱਗਿਆ? ਟਾਈਮ ਦੇਖੋ ਲੱਗਿਆ ਸਾਰਾ 2-3 ਘੰਟੇ। 2-3 ਘੰਟੇ? ਹਾਂਜੀ, ਜਿਹੜਾ ਕਿ 5 ਮਿੰਟਾਂ ਦੇ ਵਿੱਚ ਅਸੀਂ ਵਾਪਸ ਮੁੜ ਜਾਣਾ ਸੀ, 2-3 ਘੰਟੇ। ਪਰ ਨਾਲ ਦੀ ਨਾਲ ਇਹ ਵੀ ਦੇਖੋ ਵੀ ਆਹ ਨਾ ਆਹ ਸੀਗਾ, ਇੱਥੋਂ ਸਾਡੇ ਆਈਡੀਏ ਬੜੇ ਆਏ, ਕਦੇ ਤਾਂ ਅਸੀਂ ਸੋਚੀਏ ਵੀ ਯਾਰ ਫਟਾਫਟਾ ਚੱਕ ਲਈਏ ਅਤੇ ਇੱਕ ਫੱਟਾ ਰੱਖ ਕੇ ਅਤੇ ਇਹਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਕਰ ਦਈਏ। ਪਰ ਫਿਰ ਅਸੀਂ ਸੋਚਿਆ ਯਾਰ ਨਹੀਂ, ਬਗਾਨੇ ਦੇਸ਼ ਦੇ ਵਿੱਚ ਹੈਗੇ ਹਾਂ, ਗਲਤੀ ਨਹੀਂ ਕਰਨੀ। ਪੰਜਾਬ 'ਚ ਤਾਂ ਮੇਰਾ ਖਿਆਲ ਆ ਹੁੰਦੇ ਵੀ ਕੰਧ ਢਾ ਕੇ ਵੀ ਲੰਘਣਾ ਪੈਂਦਾ, ਲੰਘ ਜਾਂਦੇ, ਪਰ ਬਗਾਨੇ ਦੇਸ਼ ਦੇ ਵਿੱਚ ਹੈਗੇ ਆ, ਟੂਰਿਸਟ ਹੈਗੇ ਆ, ਇਸ ਕਰਕੇ ਗਲਤੀ ਨਹੀਂ ਕਰਨੀ। ਅਸੀਂ ਗਲਤੀ ਨਹੀਂ ਕੀਤੀ, ਇੱਕ ਜਿਹੜੀ ਗਲਤੀ ਹੋ ਗਈ ਚਲੋ ਉਹ ਗਲਤੀ ਨਾਲ ਹੀ ਹੋ ਗਈ, ਪਰ ਅਸੀਂ ਆਖਿਆ ਵੀ ਜਾਣ ਬੁੱਝ ਕੇ ਗਲਤੀ ਹੈ ਜਿਹੜੀ, ਉਹ ਬਲੰਡਰ ਮਿਸਟੇਕ ਹੈ, ਉਹ ਨਹੀਂ ਕਰਨੀ। ਅਸੀਂ ਅਪਰਾਧ ਨਹੀਂ ਕਰਨਾ ਕੋਈ, ਕਿਉਂਕਿ ਇੱਥੇ ਕੈਮਰੇ ਲੱਗੇ ਹੋਏ ਸੀ ਸਾਰੇ ਪਾਸੇ, ਤੇ ਜੇ ਅਸੀਂ ਇਹ ਗਲਤੀ ਕਰਦੇ ਤਾਂ ਫਿਰ ਸਾਡੇ ਵਾਸਤੇ ਜਿਹੜਾ ਬਹੁਤ ਮਾੜੀ ਗੱਲ ਸੀ। ਬਗਾਨੇ ਦੇਸ਼ ਦੇ ਵਿੱਚ ਇੱਕ ਇਹ ਚੀਜ਼ ਬਹੁਤ ਸਿੱਖਿਆ ਮਿਲੀ ਵੀ ਆਪਣੀ ਪੀਸ ਆਫ ID ਫਿਜ਼ੀਕਲੀ ਹੋਣੀ ਚਾਹੀਦੀ ਤੁਹਾਡੇ ਕੋਲੇ। ਹਾਂ, ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ, ਤੁਹਾਡੇ ਕੋਲੇ ਤੁਹਾਡਾ ਪਾਸਪੋਰਟ ਜਿਹੜਾ ਘੱਟੋ ਘੱਟ ਫਿਜ਼ੀਕਲ ਹੋਣਾ ਚਾਹੀਦਾ, ਇੱਕ ਚੀਜ਼ ਦੋਵਾਂ 'ਚੋਂ ਜ਼ਰੂਰ ਚਾਹੀਦੀ ਹੈ, ਤਾਂ ਕਿ ਅਸੀਂ
ਦਿਖਾ ਸਕੀ ਉਹਨਾਂ ਨੂੰ ਵੀ ਭਾਈ ਅਸੀਂ ਜੈਨੂਇਨ ਬੰਦੇ ਹੈਗੇ ਯਾਰ, ਅਸੀਂ ਗਲਤੀ ਨਾਲ ਆ ਗਏ, ਅਸੀਂ ਕੋਈ ਅਪਰਾਧੀ ਨਹੀਂ ਹੈਗੇ। ਪਰ ਜੇ ਅਸੀਂ ਦੂਜੀ ਗਲਤੀ ਕਰ ਲੈਂਦੇ, ਫੱਟਾ ਰੱਖ ਕੇ ਚੱਕ ਲੈਂਦੇ ਉੱਥੋਂ, ਹਾਂਜੀ, ਜਾਂ ਉਹਨੂੰ ਕਿੱਲਾ ਨੂੰ ਖਾ ਪੂਰੇ ਫੱਟੇ ਨਾਲ ਜਾ ਕੇ ਗੱਡੀ ਲੰਘਾਉਣੀ ਬਹੁਤ ਔਖੀ ਹੈ। ਪਰ ਤੁਸੀਂ ਧਿਆਨ ਨਾਲ ਦੇਖੋ ਬਾਹਰ ਕੈਮਰਾ ਲੱਗ ਗਿਆ, ਇਨ ਕੇਸ ਕੋਈ ਵੀ ਇੰਸੀਡੈਂਟ ਹੁੰਦਾ ਜਾਂ ਤੇ ਬਾਅਦ ਜੇ ਉਹ ਫੱਟੇ ਚੱਕ ਦਿੰਦੇ ਫਿਰ ਬਹੁਤ ਔਖਾ, ਫਿਰ ਦੂਜੇ ਫੱਟੇ ਚੱਕਣਗੇ। ਉਹੀ ਗੱਲ ਹੈ, ਉਹਨਾਂ ਨੇ ਫੱਟੇ ਚੱਕ ਦੇਣੇ ਸੀਗੇ, ਫਿਰ ਬਹੁਤ ਔਖਾ ਹੋ ਜਾਣਾ ਸੀ ਬਗਾਨੇ ਦੇਸ਼ ਦੇ ਵਿੱਚ, ਔਰ ਬਹੁਤ ਮੁਸ਼ਕਿਲ ਕੰਮ ਹੋ ਜਾਣਾ ਸੀ। ਤੇਰੇ ਛੱਡਦੇ ਨਹੀਂ ਹਨ। ਸੋ ਅਸੀਂ ਕੋਈ ਕਾਨੂੰਨ ਨਹੀਂ ਤੋੜਿਆ ਤੇ ਉਹਨਾਂ ਨੇ ਇਹੀ ਕਹਿਣਾ ਸੀ ਵਾਈ ਯੂ ਡੂ ਦਿਸ, ਇਫ ਯੂ ਹੈਵ ਅ ਰਾਈਟ ਟੂ ਕਮ ਬੈਕ ਟੂ ਕੈਨੇਡਾ। ਹੁਣ ਅਸੀਂ ਹੁਣ ਅਸੀਂ ਸੜਕ ਕ੍ਰੋਸ ਕਰਨੀ ਹੈ ਤੇ ਅਸੀਂ ਬੇਨਤੀ ਕਰਾਂਗੇ ਸਾਰੇ ਦੋਸਤਾਂ ਨੂੰ ਕਿ ਇੱਥੇ ਆ ਕੇ ਜਿਹੜਾ ਹੈਗਾ ਤੁਸੀਂ ਇਹ ਗਲਤੀ ਨਾ ਕਰਿਓ, ਤੇ ਤੁਸੀਂ ਗਲਤੀ ਨਾ ਕਰਿਓ ਤੇ ਨਾਲ ਦੀ ਨਾਲ ਇਹ ਹੈ ਕਿ ਕੋਈ ਕਾਨੂੰਨ ਨਾ ਤੋੜਿਓ। ਜੇ ਗਲਤੀ ਹੋ ਗਈ ਤੇ ਗਲਤੀ ਨੂੰ ਨਜਿੱਠਿਆ ਜਾ ਸਕਦਾ, ਪਰ ਜੇ ਕਾਨੂੰਨ ਟੁੱਟ ਗਿਆ ਫਿਰ ਬਹੁਤ ਔਖਾ ਹੋ ਜਾਂਦਾ ਹੈ। ਤੇ ਇਹ ਸੀ ਸਾਡਾ ਸਫ਼ਰ ਜਦੋਂ ਅਸੀਂ ਧੱਕੇ ਨਾਲ USA 'ਚ ਵੜ ਚੱਲੇ ਸੀ। ਸ਼ੁਕਰੀਆ, ਅਲਵਿਦਾ, ਥੈਂਕ ਯੂ।